ਝਪਟਮਾਰ ਗਿਰੋਹ ਦੇ 3 ਮੈਂਬਰ ਗ੍ਰਿਫਤਾਰ। ਪਟਿਆਲਾ ਪੁਲਿਸ ਨੇ ਅੰਤਰਰਾਜੀ ਝਪਟਮਾਰ ਗਿਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਤੋਂ 2900 ਨਸ਼ੀਲੀਆਂ ਗੋਲੀਆਂ ਤੇ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਇਸ ਸੰਬੰਧੀ ਪ੍ਰੈਸ ਵਾਰਤਾ ਦੌਰਾਨ SSP ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਿਫਤਾਰ ਗਿਰੋਹ ਦੇ ਮੈਂਬਰਾਂ ਨੇ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਗੱਲ ਕਬੂਲ ਕੀਤੀ ਹੈ, ਜਿਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਅਜੀਤ ਵੈਬ ਟੀਵੀ ਲਈ ਅਮਨਦੀਪ ਸਿੰਘ ਦੀ ਰਿਪੋਰਟ। ਪਟਿਆਲਾ ਪੁਲਿਸ ਨੂੰ ਉਸ ਸਮੇਂ ਬੜੀ ਕਾਮਯਾਬੀ ਮਿਲੀ ਜਦੋਂ ਕ੍ਰਾਈਮ ਵਰਲਡ ਦੇ ਵਿੱਚ ਬੜੇ ਅਹਿਮ ਨਾਂ ਬੰਟੀ, ਬਬਲੀ ਅਤੇ ਲੰਬੂ ਦੇ ਨਾਂ ਨਾਲ ਜਾਣੇ ਜਾਂਦੇ ਚੇਨ ਸਨੇਚਰ ਅਤੇ ਜਿਹਨੂੰ ਕਹਿੰਦੇ ਆ ਜਿਹੜੀਆਂ ਈਅਰਿੰਗ ਸਨੈਚਰ ਹੈ, ਉਹਨਾਂ ਨੂੰ ਪਕੜ 'ਚ ਅਸੀਂ ਕਾਮਯਾਬ ਹੋਏ ਹਾਂ। ਇਹਨਾਂ ਦੇ ਕੋਲ ਕਰੀਬ 15 ਕੇਸਿਸ ਸਾਡੇ ਜ਼ਿਲ੍ਹੇ ਵਿੱਚੋਂ ਜ਼ਿਲ੍ਹਾ ਮਾਨਸਾ, ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਪਟਿਆਲਾ ਜਿਹੜੇ ਹੁਣ ਤੱਕ ਅਸੀਂ ਵੇਰੀਫਾਈ ਕਰ ਚੁੱਕੇ ਹਾਂ ਕੱਲ੍ਹ ਦੇ ਫੜੇ ਜਾਣ ਤੋਂ ਬਾਅਦ ਹੁਣ ਤੱਕ, ਜਿਹਦੇ ਵਿੱਚੋਂ ਬੁਢਲਾਡਾ 1, ਮਾਨਸਾ, ਸਨਾਮ, ਭਵਾਨੀਗੜ੍ਹ, ਸੰਗਰੂਰ, ਪਟਿਆਲਾ, ਰਾਜਪੁਰਾ, ਇਸ ਢੰਗ ਦੀਆਂ ਇਹਨਾਂ ਨੇ ਵਾਰਦਾਤਾਂ ਕੀਤੀਆਂ। ਇਹਨਾਂ ਦਾ ਤਰੀਕਾ ਵਾਰਦਾਤ ਇਹ ਸੀਗਾ ਵੀ ਇਹ ਉਸ ਸੌਫਟ ਟਾਰਗੇਟ ਜਿਹੜੀਆਂ ਲੇਡੀਜ਼ ਜਿਨ੍ਹਾਂ ਕੋਲ ਈਅਰਿੰਗ ਪਾਏ ਹੁੰਦੇ ਸੀ ਜਾਂ ਚੇਨ ਪਾਈ ਹੁੰਦੀ ਸੀ ਉਹ ਦੇਖਦੇ ਸੀ, ਸ਼ਹਿਰ ਤੋਂ ਬਾਹਰ ਦਾ ਏਰੀਆ ਜਿਹਦੇ ਵਿੱਚੋਂ ਜਦੋਂ ਇਕੱਲੀਆਂ ਜਾਂਦੀਆਂ ਅਤੇ ਉਹਦੇ 'ਚੋਂ ਉਹਨੂੰ ਚੇਨ ਖਿੱਚਣੀ, ਅਤੇ ਦੂਜੀ ਹੈਰਾਨਗੀ ਦੀ ਗੱਲ ਆ ਲੇਡੀ ਦੀਆਂ ਦੋਨੇ ਵਾਲੀਆਂ ਐਟ ਏ ਟਾਈਮ ਉਹਨੂੰ ਖਿੱਚਣੀਆਂ, ਉਹਦੇ ਵਿੱਚੋਂ ਰਾਜਪੁਰਾ ਲਹਿਰਾ ਅਤੇ ਸੁਨਾਮ ਵਾਲੀਆਂ ਪਿੱਛੇ ਜੇ ਸੋਸ਼ਲ ਮੀਡੀਆ 'ਤੇ ਬੜੀ ਵਾਇਰਲ ਹੋਈ ਸੀ ਜਿਹੜੀਆਂ ਜਿਹਦੇ 'ਚੋਂ ਇਹ ਸਨੈਚਿੰਗ ਕਰਦੇ ਭੱਜੇ ਸੀ ਉਹ ਕਨਫਰਮ ਵੀ ਹੋ ਗਈਆਂ। ਉਹਦੇ ਵਿੱਚੋਂ ਤਰੀਕਾ ਇਹ ਸੀਗਾ ਇਹ ਇਮੀਡੀਏਟ ਵਾਰਦਾਤ ਕਰਨ ਤੋਂ ਬਾਅਦ ਆਪਦੀ ਉਹ ਜਿਹੜੀ ਸ਼ਰਟ ਨੂੰ ਚੇਂਜ ਕਰ ਦੇਣਾ, ਨੰਬਰ ਦਾ ਮੋਟਰਸਾਈਕਲ ਦਾ ਨੰਬਰ ਹੈ ਜਿਹੜਾ ਉਹਦਾ ਛੋਟਾ ਲਾ ਕੇ ਰੱਖਣਾ ਅਤੇ ਫਿਰ ਉਹਨੂੰ ਕੋਸ਼ਿਸ਼ ਕਰਨੀ ਵੀ ਚੇਂਜ ਕਰ ਦੇਣਾ, ਅਤੇ ਅਸੀਂ ਉਹਨਾਂ ਨੂੰ ਫੜਨ 'ਚ ਕਾਮਯਾਬ ਹੋਏ ਹਾਂ। ਅਤੇ ਇਹ ਉਮੀਦ ਹੈ ਕਿ ਜੋ ਅਸੀਂ ਦਿਨ ਰਾਤ ਪਟਿਆਲਾ ਨੂੰ ਕ੍ਰਾਈਮ ਫਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਸਾਨੂੰ ਕਾਮਯਾਬੀ ਮਿਲੀ ਹੈ। ਅਤੇ ਕ੍ਰਿਮੀਨਲ ਨੂੰ ਵੀ ਇੱਕ ਬੜਾ ਸਟਰੋਂਗ ਮੈਸੇਜ ਹੈ ਵੀ ਪਹਿਲੀ ਗੱਲ ਅਸੀਂ ਤੁਹਾਨੂੰ ਵਾਰਦਾਤ ਕਰ ਨਹੀਂ ਦੇਣੀ, ਜੇ ਦੂਸਰੀ ਗੱਲ ਜੇ ਵਾਰਦਾਤ ਕਰੋਗੇ ਤਾਂ ਸਾਡੀ ਤੁਹਾਡੇ 'ਤੇ ਬੜੀ ਬਾਜ ਅੱਖ ਹੈ, ਅਸੀਂ ਤੁਹਾਨੂੰ ਉਦੋਂ ਸਾਡੇ ਕੋਲ ਬਹੁਤ ਤਰ੍ਹਾਂ ਦੀ ਹਿਊਮਨ ਇੰਟੈਲੀਜੈਂਸ ਵੀ ਸਾਡੇ ਕੋਲ ਆ ਰਹੀ ਹੈ, ਅਸੀਂ ਉਹਨਾਂ ਨੂੰ ਫੜ ਕੇ ਉਹਨਾਂ ਨਾਲ ਹੁਣ ਮਕਸਦ ਇਹ ਹੈ ਇਹਨਾਂ ਦੇ ਅਗੇਂਸਟ ਸਟਰੋਂਗ ਕੇਸ ਬਣਾਉਣਾ ਅਤੇ ਇਹਨਾਂ ਨੂੰ ਜਿਹੜਾ ਜੇਲ੍ਹ ਭੇਜਣਾ ਅਤੇ ਉਹ ਤੋਂ ਬਾਅਦ ਨਾਲ ਇਹਦਾ ਕਿਉਂਕਿ ਰਿਮਾਂਡ ਲੈ ਕੇ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਬਬਲੀ ਆ ਉਹ ਹਰਿਆਣੇ ਦਾ ਰਹਿਣ ਵਾਲਾ ਹੈ ਅਤੇ ਅਸੀਂ ਰਿਮਾਂਡ ਵੀ ਲਵਾਂਗੇ ਕਿਉਂਕਿ ਪੰਜਾਬ ਦੀਆਂ ਇਸ ਸਾਈਡ 'ਤੇ ਮਾਲਵਾ ਰੀਜਨ ਦੀਆਂ ਸਾਨੂੰ ਵਾਰਦਾਤਾਂ ਇਹਨਾਂ ਨੇ ਦੱਸੀਆਂ, ਹਜੇ ਹਰਿਆਣੇ 'ਚ ਕਿੰਨੀਆਂ ਵਾਰਦਾਤਾਂ ਕੀਤੀਆਂ ਉਹ ਪਾਰਟ ਆਫ ਇਨਵੈਸਟੀਗੇਸ਼ਨ।